ਤੇਰੇ ਬਿਨਾ ਸਰਦੇ ਨਹੀਂ ਇਹ ਤਾਂ ਤੈਨੂੰ ਓ ਕਾਮਿਆ ਓ ਨਰਗਸ ਦੇ ਮੁੰਡਿਆ ਚੋਰ ਸਾਹਿਬ ਜਦੋਂ ਤੈਨੂੰ ਮੈਂ ਛੋਟ ਜੇ ਲਿਆ ਕੇ ਦਿੱਤੇ ਨੇ ਤੇ ਕੰਮ ਕਰ ਲੈ ਟਾਈਮ ਉਤੋ ਵੇਲਾ ਕੀ ਹੋ ਗਿਆ 6 ਵਜ ਗਏ ਨੇ ਸਮਾ ਕੰਮ ਹੀ ਕਰਾਂ ਮੈਂ ਕਹਿੰਦਾ ਕੀ ਸੀਆਂ ਕਰ ਰਿਆਂ ਜਲਦੀ ਕੰਮ ਕਰ ਦੁੱਧ ਚੋ ਕੇ ਦੇਣਾ ਅੱਛਾ ਜੀ ਪਾਣੀ ਕਿੰਨਾ ਪਾਣਾ ਵਿੱਚ ਪਾਣੀ ਮਾਰੇ ਉੱਚੀ ਨਾ ਬੋਲਿਆ ਘੜ ਇੱਥੇ ਸਾਰੇ ਨਾਲ ਖਲੋਤੇ ਹੁੰਦੇ ਠੀਕ ਹੈ ਚੋਰ ਸਾਹਿਬ ਦੱਸਿਆ ਰਾਤ ਨੂੰ ਸਾਰਾ ਠੀਕ ਹੈ ਹਾਂ ਜਲਦੀ ਕਰ ਹਾਂ ਚੱਲ ਯਾਰ ਜਾ ਕੇ ਦੁੱਧ ਚੋਈ ਹੁਣ ਚੋਰੀ ਬੋਲਦਾ ਪਿਆ ਹਾਂ ਏ ਮੜੇ ਕੀ ਚੋਰ ਸਾਹਿਬ ਉਹ ਪੈਂਪਰ ਨਹੀਂ ਲਾਈ ਇਹਨਾਂ ਬੱਚਿਆਂ ਨੂੰ ਹਾਂ ਉਹ ਪੈਂਪਰ ਖਤਮ ਹੋ ਗਏ ਨੇ ਚੋਰ ਸਾਹਿਬ ਮੈਂ ਤੈਨੂੰ ਇੱਕ ਮਾਰਾਂ ਤੈਨੂੰ ਮੜੇ ਲਾ ਪੈਂਪਰ ਲਿਆ ਤੂੰ ਬਾਜ਼ਾਰੋਂ ਜਾ ਕੇ ਪਾਣੀ ਵਾਲਾ ਦੁੱਧ ਬਕਾ ਕੇ ਪੈਂਪਰ ਫੇਰ ਨਹੀਂ ਤੂੰ ਲਿਆਂਦਾ ਤੇਰੀਆਂ ਮੱਝਾਂ ਨੇ ਗੁਨੇਗਾਰ ਤੇ ਮੈਂ ਹੁਣਾ ਨਾ ਵਿੱਚ ਪਾਣੀ ਪਾ ਕੇ ਮਾਰ ਗਿਆ ਯਾਰ ਮੈਨੂੰ ਤੂੰ ਬਾ ਛੜਿਆ ਯਾਰ ਤੁਸੀਂ ਖਾਲਸ ਦੁੱਧ ਲੈਣਾ ਨਾ ਇਵੇਂ ਦੀ ਜਗ੍ਹਾ ਤੇ ਲੱਭਦਾ ਵੇਖੋ ਮੰਗਰ ਸ਼ੰਗਰ ਵੇਖੋ ਮਾਸ਼ਾਅੱਲਾ ਤਲਕ ਹੈ ਨਾ ਕੋਈ ਹਾਂ ਹਾਂ ਬਹੁਤ ਤਲਕ ਹੈ ਆਪਣਾ ਵੇਖੋ ਨਾ ਮਾਸ਼ਾਅੱਲਾ ਮਾਸ਼ਾਅੱਲਾ ਇਹ ਗਾਵਾਂ ਇਹ ਅੰਗਰੇਜ਼ਨੀ ਗਾਂ ਹੈ ਆ ਵੇਖੋ ਅੰਗਰੇਜ਼ਨੀ ਹਾਂਜੀ ਆ ਵੇਖੋ ਵਾਈਟ ਗਿੱਡੀ ਪਿਆਰੀ ਮੇਲ ਹਾਂ ਇਹਦਾ ਦੁੱਧ ਵੀ ਚਿੱਟਾ ਹੀ ਹੁੰਦਾ ਦੁੱਧ ਤੇ ਗਾਂ ਇਹਦਾ ਮੱਝ ਦਾ ਵੀ ਚਿੱਟਾ ਹੁੰਦਾ ਹੈ ਕੀ ਉਹ ਬਸ ਐਵੇਂ ਦਾ ਹੀ ਹੁੰਦਾ ਚਲ ਓਏ ਹੋਏ 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 ਹੁਣ ਠੀਕ ਨਾ ਕਿੰਨਾ ਜ਼ੁਲਮ ਹੋਇਆ ਓਏ ਬੇਜ਼ਬਾਨ ਨਾ ਨਾ ਓਏ ਹੋਏ ਗਲਤ ਹੋਇਆ ਦੁੱਧ ਲੈਣਾ ਹੀ ਮਾਲ ਹੋ ਗਿਆ ਯਾਰ ਕੀ ਹੋ ਗਿਆ ਜੀ ਕੀ ਹੋ ਗਿਆ ਤੈਨੂੰ ਫੜ ਲੈ ਇਹਨੂੰ ਕਿੱਥੇ ਲੈ ਯਾਰ ਤੂੰ ਮੈਨੂੰ ਅਸਲਾਮੁਅਲੈਕੁਮ ਕੀ ਹੋ ਗਿਆ ਲਾਲਾ ਅਸਲਾਮੁਅਲੈਕੁਮ ਭਾਈ ਵਾਲੇਕੁਮ ਸਲਾਮ ਉਂਠਣੀ ਨਾ ਵੇਖੋ ਕਿੰਨਾ ਜ਼ੁਲਮ ਹੁੰਦਾ ਕਿਹੜੀ ਉਂਠਣੀ ਉਹ ਤੇ ਇੱਕ ਸੋਸ਼ਲ ਮੀਡੀਆ ਤੇ ਆ ਰਹੀ ਸੀ ਉਹਨਾਂ ਨੇ ਲੱਤ ਮਾਰੀ ਵਡੇਰੇ ਕਿਸੇ ਚਲੋ ਕੋਈ ਸਾਹਿਬ ਤੁਹਾਨੂੰ ਬਹਿਣ ਨੂੰ ਤਾਂ ਜਗ੍ਹਾ ਦੇ ਦਿਓ ਅੱਛਾ ਉਹ ਭਾਈ ਕੀ ਹਾਲ ਆ ਜੋ ਬੈਠੋ ਸਿਆਂਦੇ ਹੀ ਨਹੀਂ ਪਏ ਬੈਠੋ ਜੀ ਬੈਠੋ 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 ਮੈਂ ਕਿੱਥੇ ਬਵਾਂ ਮੈਂ ਪਿੱਛੇ ਬਹਿ ਜਾਓ ਕੀ ਹੋ ਰਿਹਾ ਹਾਂਜੀ ਭਾਈ ਕੀ ਹਾਲ ਕੀ ਅਲਹਮਦੁਲਿਲਾਹ ਠੀਕ ਹੈ ਤੁਹਾਡਾ ਸ਼ੁਕਰ ਹੈ ਜੀ ਇਹ ਭਾਈ ਹੋ ਰਿਹਾ ਨਾ ਦੁੱਧ ਲਵਾਣਾ ਤੇ ਮੈਂ ਕਿ ਮੇਰਾ ਯਾਰ ਹੈਗਾ ਖਾਲਸ ਦੁੱਧ ਮਿਲਦਾ ਇੱਥੋਂ ਤੈਨੂੰ ਪਤਾ ਹੀ ਹੈ ਬਾਬਾ ਆਪਣਾ ਖਾਲਸ ਦੁੱਧ ਹੁੰਦਾ ਬੜੀ ਬੜੀ ਦੂਰ ਤੱਕ ਦੁੱਧ ਜਾਂਦਾ ਭਾਂ ਕਿੱਥੋਂ ਆਏ ਹੋ ਤੁਸੀਂ ਅਸੀਂ ਤਾਂ ਸਵੇਰ ਦੇ ਨਿਕਲੇ ਆ ਬੰਦਾ ਮੈਨੂੰ ਬੜਾ ਯਾਰ ਸਗੀਆਂ ਪੁੱਲ ਤੋਂ ਆਏ ਭਾਈ ਸਗੀਆਂ ਪੁੱਲੋਂ ਲੋਰੋਂ ਹਾਂਜੀ ਮਸਲਾ ਆਪਣਾ ਲੋਰ ਬੜਾ ਦੁੱਧ ਜਾਂਦਾ ਹੈਗਾ ਸੀ ਪਹਿਲੇ ਜਾਂਦਾ ਸੀ ਦੌੜ ਨਾ ਲੇਕਿਨ ਆਪ ਛੱਡ ਦਿੱਤਾ ਹੈਗਾ ਸੀ ਉੱਥੇ ਹੁਣ ਨਹੀਂ ਜਾਈਦਾ ਹੈਗਾ ਲੇਕਿਨ ਕਲਾ ਦਾਂਗੇ ਤਾਂ ਉਹਨਾਂ ਨੂੰ ਮੇਰਾ ਕਮਿਸ਼ਨ ਰੱਖਿਆ ਜੀ ਵਿੱਚ ਬਸ ਠੀਕ ਆ ਓਕੇ ਹੋ ਗਿਆ ਓਕੇ ਬੜਾ ਜ਼ਬਰਦਸਤ ਦੁੱਧ ਹੈ ਜੀ ਚਲੋ ਭਾਈ ਲਾਵਾਂਗੇ ਤਾਂ ਪਤਾ ਲੱਗੇਗਾ ਤੇ ਕਿੰਨਾ ਲੈਣਾ ਹੈ ਪਾਣ ਡੰਗਰ ਆਪਣੇ ਕੋਲ ਦੱਸਨੇ ਆ ਡੰਗਰ ਕਿੰਨੇ ਆਪਣੇ ਡੰਗਰ ਭਾਇਆ ਨਾ ਆਪਣੇ ਕੋਲ ਆ ਵੀ ਖਰੇ ਨੇ ਉਹ ਪਰਾਂ ਵੀ ਡੰਗਰ ਖਰੇ ਹੋਏ ਨੇ ਠੀਕ ਹੈ ਬੱਚੇ ਨੇ ਠੀਕ ਹੈ ਆ ਆਪਾਂ ਰੱਖਿਆ ਹੋਇਆ ਹੈ ਹਫਾਜ਼ਤ ਵਾਸਤੇ ਸੋਨੀ ਆ ਤੇ ਤੁਹਾਡਾ ਸਹੀ ਕਮਾਂਡਾ ਹਾਂਜੀ ਆ ਵੇਖੋ ਨਾ ਪੂਰਾ ਤੁਹਾਨੂੰ ਕਿਹਦਾ ਦੋਗੇ ਮੱਝ ਦਾ ਦੋਗੇ ਗਾਂ ਦਾ ਜਾਂ ਮਿਕਸ ਦੋਗੇ ਤੁਸੀਂ ਕਿਹੜਾ ਲੈਣਾ ਭਾਜ ਜਿਹੜਾ ਤੁਸੀਂ ਕਹਿਣਾ ਉਹ ਹੀ ਮਿਲਣਾ ਚੰਗੇ ਦੋਵੇਂ ਦੁੱਧ ਨੇ ਫਿਰ ਇਸ ਤਰ੍ਹਾਂ ਕਰੋ ਸਾਨੂੰ ਜਿਹੜਾ ਗਾਂ ਦਾ ਚੰਗਾ ਜਾਂ ਮੱਝ ਦਾ ਜਿਹੜਾ ਚੰਗਾ ਤੁਸੀਂ ਸਮਝਦੇ ਹੋ ਦੇ ਦਿਓ ਸਾਨੂੰ ਸਾਡੇ ਵਾਸਤੇ ਭਾਣ ਦੋਵੇਂ ਚੰਗੇ ਨੇ ਠੀਕ ਹੈ ਦੁੱਧ ਖਾਲਸ ਹੋਣਾ ਚਾਹੀਦਾ ਭਾਈ ਇੱਕ ਨੰਬਰ ਦੁੱਧ ਭਾਣ ਐ ਵੇਖੀ ਇਧਰ ਇੱਥੇ ਬਹਿ ਜਾ ਕੇ ਕੰਮ ਕਰ ਹਾਂ ਠੀਕ ਹੈ ਕਿੰਨਾ ਕਿੰਨਾ ਚਾਹੀਦਾ ਆਪਣਿਆਂ ਨੂੰ ਹੈਗਾ ਆਪਾਂ ਨੂੰ ਨਾ ਭਾਈ ਅੱਧਾ ਕਿਲੋ ਚਾਹੀਦਾ ਰੋਜ਼ ਦਾ ਦੁੱਧ ਕੀ ਹੋ ਰਿਹਾ ਇੱਕ ਬੰਦੇ ਵਾਸਤੇ ਚਾਹੀਦਾ ਨਹੀਂ ਨਹੀਂ ਯਾਰ ਉਹ ਘਰ ਅਸੀਂ ਰੱਖੇ ਜਾਨਵਰ ਉਹਨਾਂ ਵਾਸਤੇ ਖਾਲਸ ਉਹ ਡਾਕਟਰ ਨੇ ਕਿਹਾ ਨੂੰ ਦੇਣਾ ਤੇ ਆਪ ਤੁਸੀਂ ਪਾਣੀ ਵਾਲਾ ਪੀਂਦੇ ਜੇ ਸਾਡਾ ਤੇ ਉੱਤੇ ਲੱਗਾ ਹੋਇਆ ਨਾ ਤੇ ਨਹੀਂ ਤੁਸੀਂ ਸਵੇਰ ਦਾ ਅੱਧਾ ਕਿਲੋ ਦੁੱਧ ਵਾਸਤੇ ਭਜਦੇ ਫਿਰ ਕੀ ਹੋ ਰਿਹਾ ਉਹ ਬੇਜ਼ਬਾਨ ਜਾਨਵਰ ਨੇ ਉਹਨਾਂ ਨਾਲ ਕੀ ਜ਼ੁਲਮ ਕਰੀਏ ਅਸੀਂ ਭਾਈ ਕਰੀ ਮਤ ਕਮਿਸ਼ਨ ਦਾ ਕਿਹਾ ਸੀ ਨਾ ਨਾ ਦੇ ਅੱਜ ਕੱਢ ਲਓ 7 ਵਜੇ ਪਹੁੰਚ ਜਾਣਾ ਚਾਹੀਦਾ ਸਵੇਰ ਦੇ ਭਾਈਨ ਗੱਲ ਤੇ ਸੁਣੋ ਜੀ ਜੀ ਅੱਧਾ ਕਿਲੋ ਦੁੱਧ ਤੋਂ ਨਾ ਲੋੜ ਸਗੀਆਂ ਕੋਲ ਸਗੀਆਂ ਲਿਆਓ ਚੋ ਸਾਹਿਬ ਕੀ ਹੋ ਰਿਹਾ ਮੈਨੂੰ ਬਾਅਦ ਚ ਗਾਲਾਂ ਕੱਢੀ ਕੀ ਹੋ ਗਿਆ ਚੋਪੀ ਪਾਣ ਅੱਧਾ ਕਿਲੋ ਦੁੱਧ ਤੋਂ ਨਾ ਚਾਹੀਦਾ ਸਗੀਆਂ ਕੋਲ ਲਿਆ ਏ ਸੰਗਲ ਸੁੰਗਲ ਲਿਆ ਲੈ 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 ਕੀ ਹਿਸਾਬ ਦੱਸੋਗੇ ਪਾਣ ਇੱਕ ਮਿੰਟ ਰੁਕਿਆ ਜੀ ਇੱਧਰ ਫਰਾ ਉਹ ਕੀ ਹੋ ਗਿਆ ਬਾਈ ਤੁਹਾਨੂੰ ਤੁਸੀਂ ਸਭ ਇੱਧਰ ਲਿਆਓ ਉਹ ਕੀ ਕਰ ਰਹੇ ਜੀ ਯਾਰ ਪਾਗਲ ਹੋ ਗਏ ਤੁਸੀਂ ਇੱਧਰ ਆ ਉਹ ਕਿੱਥੇ ਲੈ ਆਇਆ ਤੂੰ ਇੱਧਰ ਆ ਇਹਨੂੰ ਵੀ ਫੜ ਸਾਹ ਮੈਂ ਤੁਹਾਨੂੰ ਕੁੱਟਿਆ ਨਹੀਂ ਕੀ ਹੋ ਗਿਆ ਕਮਲਾ ਤੇ ਨਹੀਂ ਹੋ ਗਿਆ ਤੇਰੀ ਮਜ਼ਾਕ ਇੱਧਰ ਓਏ
ओ भाई होया की तेनू पागल तो नहीं है तू हाथ काट ले आया तू चार रसा ले के आ पागल अद्धा किलो दुध लैन आया तू चाहिए।